ਸਰਕਾਰ ਦੇ ਵੱਲੋਂ ਪਹਿਲੇ 10 ਕੈਬਨਿਟ ਮੰਤਰੀ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਨੂੰ ਪੰਚਾਇਤੀ ਮੰਤਰੀ ਪੰਜਾਬ ਦਾ ਮੰਤਰੀ ਮੰਡਲ ਮਿਲਿਆ ਜਿਸ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਦੇ ਅੰਮ੍ਰਿਤਸਰ ਪਹੁੰਚਣ ਤੇ ਆਪ ਦੀ ਇਕਾਈ ਦੇ ਵੱਲੋਂ ਕੁਲਦੀਪ ਸਿੰਘ ਧਾਲੀਵਾਲ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਆਪਣੇ ਪੱਧਰ ਤੇ ਕੰਮ ਕਰਨਗੇ ਅਤੇ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਕਪੜੇਬਾਜ਼ੀਆਂ ਦੀ ਜਾਂਚ ਵੀ ਕੀਤੀ ਜਾਵੇਗੀ ਅਤੇ ਮਨਰੇਗਾ ਨੂੰ ਜੋ ਪੈਸਾ ਆਉਂਦਾ ਸੀ ਤੇ ਸਰਕਾਰਾਂ ਦੇ ਵੱਲੋਂ ਕਪੜੇਬਾਜ਼ੀ ਕੀਤੀ ਜਾਂਦੀ ਸੀ ਉਸ ਦੀ ਵੀ ਪੂਰੀ ਜਾਂਚ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਸ ਵਾਰ ਪਿੰਡਾਂ ਦੇ ਵਿੱਚ ਹੁਣ ਹਰ ਤਰ੍ਹਾਂ ਦਾ ਵਿਕਾਸ ਹੋਵੇਗਾ ਇਸ ਦੇ ਨਾਲ ਹੀ ਹੋਰ ਮੁੱਦਿਆਂ ਤੇ ਬੋਲਦੇ ਹੋਏ ਕੁਲਦੀਪ ਸਿੰਘ ਧਾਲੀਵਾਲ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਆ ਭਗਵੰਤ ਮਾਨ ਜੀ ਦੀ ਗਵਾਹੀ ਦੇ ਹੇਠ ਮਾਨ ਸਾਹਿਬ ਦੇ ਨਾਲ ਆਪਣੇ ਸੀਐਮ ਦੇ ਨਾਲ ਰਲ ਕੇ ਪੰਜਾਬ ਦੇ ਜਿੰਨੇ ਪਿੰਡ ਨੇ ਉਹਨਾਂ ਸਭ ਪਿੰਡਾਂ ਦੀ ਜਿਹੜੀ ਡਿਵੈਲਪਮੈਂਟ ਕਰਨੀ ਹੈ ਜਿੱਦਾਂ ਮੇਰੇ ਸੀਐਮ ਸਾਹਿਬ ਕਹਿਣਗੇ ਸਾਰੀ ਪਲੈਨਿੰਗ ਕਰਕੇ ਇਕੱਲੇ ਇਕੱਲੇ ਪਿੰਡ ਦਾ ਜਿਹੜਾ ਉਹ ਵਿਕਾਸ ਕਰਾਂਗੇ ਇਸ ਕਰਕੇ ਪੰਜਾਬ ਦੇ ਅੰਦਰ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਉਹ ਨਵੇਂ ਸਿਆਸਤ ਦੇ ਤਹਿਤ ਨਵੇਂ ਢੰਗ ਦੇ ਨਾਲ ਜਿਹੜਾ ਪਿੰਡਾਂ ਦਾ ਵਿਕਾਸ ਕਰਾਂਗੇ ਔਰ ਪਿੰਡਾਂ ਦੀਆਂ ਜਿਹੜੀਆਂ ਗਰਾਂਡਾਂ ਦੇ ਵਿੱਚ ਵੱਡੇ ਪੱਧਰ 'ਤੇ ਘਪਲੇਬਾਜ਼ੀ ਹੋਈ ਹੈ ਉਸ ਘਪਲੇਬਾਜ਼ੀ ਦੀ ਜਾਂਚ ਕਰਾਵਾਂਗੇ ਖਾਸ ਤੌਰ 'ਤੇ ਨਰੇਗਾ ਦੇ ਵਿੱਚ ਜਿਹੜੇ ਅਰਬਾਂ ਰੁਪਈਏ ਖਾ ਗਏ ਉਹਨਾਂ ਦੀ ਜਾਂਚ ਕਰਾਵਾਂਗੇ ਜਿਹੜੇ ਛੱਪੜਾਂ ਦੇ ਪੈਸੇ ਆਏ ਦੂਜੇ ਤੀਜੇ ਜਿੰਨੇ ਵੀ ਪੈਸੇ ਆਏ ਸਭ ਅੱਜ ਅਫਸਰਾਂ ਦੀ ਡਿਊਟੀ ਲਾਤੀ ਹੈ ਬਿਲਕੁਲ ਸਰ ਅਫਸਰ ਸ਼ਾਹੀ ਨੂੰ ਅੱਜ ਕਹਿਤਾ ਚੰਡੀਗੜ੍ਹ ਦੇ ਵਿੱਚ ਜਿਹਦੇ ਜਿਹੜੇ ਬੰਦੇ ਨੇ ਦੋ ਦਿਨ ਪਹਿਲਾਂ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਭਾਸ਼ਣ ਸੁਣਿਆ ਲਾਈਵ ਜਿਹੜੀ ਕਲਾਸ ਉਹਨਾਂ ਨੇ ਸਾਡੀ ਲਾਈ ਸਾਡੀ ਮੰਤਰੀਆਂ ਦੀ MLA ਦੀ ਲਾਈ ਕਿ ਕਰਪਸ਼ਨ ਜਿਹੜੀ ਹੈ ਉਹ 0% ਜਿਹੜੀ ਉਹ ਵੀ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਸ ਕਰਕੇ ਅਫਸਰਾਂ ਨੂੰ ਕਹਿ ਦਿੱਤਾ ਗਿਆ ਸਾਰੇ ਪੰਜਾਬ ਦੇ ਮੁੱਦੇ ਜਿਹੜੇ ਪਿਛਲੇ 5-7 ਸਾਲਾਂ ਤੋਂ ਵਰਕਰੀ ਕਰ ਰਹੇ ਹੋ ਸਰ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਬਰਬਾਦ ਹੋ ਗਿਆ ਹੈਲਥ ਸਿਸਟਮ ਜਿਹੜਾ ਬਰਬਾਦ ਹੋ ਗਿਆ ਨਸ਼ਿਆਂ ਦਾ ਬਹੁਤ ਵੱਡਾ ਮੁੱਦਾ ਹੈ ਬੇਰੁਜ਼ਗਾਰੀ ਦਾ ਬਹੁਤ ਵੱਡਾ ਮੁੱਦਾ ਹੈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਜਿਹੜਾ ਅਸੀਂ ਫੋਕਸ ਕਰਾਂਗੇ ਉਹਦੇ ਲਈ ਕੰਮ ਕਰਾਂਗੇ ਔਰ ਤੁਹਾਨੂੰ ਪਤਾ ਕੈਬਨਿਟ ਦੀ ਪਹਿਲੀ ਮੀਟਿੰਗ ਦੇ ਵਿੱਚ ਹੀ ਮਾਨ ਸਾਹਿਬ ਨੇ ਬੇਰੁਜ਼ਗਾਰੀ ਨੂੰ ਹੱਲ ਕਰਨ ਲਈ ਉਦਣ ਜਿਹੜੇ ਆ ਉਹ ਦਸਖਤ ਕੀਤੇ ਆ ਸੋ ਸਮਝ ਲਓ ਕਿ ਨਵੀਂ ਸਿਆਸਤ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚ ਕਿਸਾਨ ਹਤਾਸ਼ੀ ਤੁਹਾਡੀ ਪਾਰਟੀ ਖਵਾਈ ਜਾਂਦੀ ਹੈ ਤਾਂ ਰਾਜ ਸਭਾ ਦੇ ਵਿੱਚ ਕਿਸੇ ਕਿਸਾਨ ਲੀਡਰ ਨੂੰ ਤੁਸੀਂ ਕਿਉਂ ਨਹੀਂ ਭੇਜਿਆ ਸਰ ਜਿਨ੍ਹਾਂ ਨੂੰ ਭੇਜਿਆ ਉਹ ਪੰਜਾਬ ਦੀ ਗੱਲ ਕਰਨਗੇ ਪੰਜਾਬ ਦੇ ਹਿੱਤ ਵਿੱਚ ਬੋਲਣਗੇ ਪੰਜਾਬ ਦੇ ਮੁੱਦਿਆਂ ਨੂੰ ਉੱਥੇ ਉਠਾਉਣਗੇ ਤੁਸੀਂ ਘਬਰਾਓ ਨਾ ਸਵਾਲ ਇਹ ਨਹੀਂ ਕਿ ਕਿਸਾਨ ਨੂੰ ਭੇਜਿਆ ਮਜ਼ਦੂਰ ਨੂੰ ਭੇਜਿਆ ਜਾਂ ਕਿਹਨੂੰ ਭੇਜਿਆ ਸਵਾਲ ਇਹ ਹੈ ਕਿ ਜਿਹਨੂੰ ਭੇਜਿਆ ਕੀ ਉਹ ਲੋਕ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਜਾ ਕੇ ਸਾਡਾ ਪੱਖ ਰੱਖਦਾ ਕਿ ਨਹੀਂ ਰੱਖਦਾ ਸੋ ਜਿਨ੍ਹਾਂ ਦੀ ਵੀ ਪਾਰਟੀ ਨੇ ਚੋਣ ਕੀਤੀ ਆ ਬਹੁਤ ਵਧੀਆ ਬੰਦੇ ਆ ਉਹਨਾਂ ਨੂੰ ਸਰ ਵਿਰੋਧੀ ਕਿਹੜਾ ਵਿਰੋਧੀ ਕਹਿ ਰਿਹਾ ਜੀ ਵਿਰੋਧੀ ਕਿੱਥੇ ਆ ਜੀ ਉਹ ਦੋ MLA ਬੈਠੇ ਉਹਨਾਂ ਦੇ ਵਿਰੋਧੀ ਬੰਦੇ ਉਹਨਾਂ ਨੂੰ ਪੰਜਾਬ ਤਾਂ ਸਾਰਾ ਇੱਕ ਪਾਸੇ ਹੋ ਗਿਆ ਯਾਰ ਐਵੇਂ ਮਾਰੀ ਜਾਂਦੇ ਕਿਹੜਾ ਵਿਰੋਧੀ ਬੇਅਦਬੀ ਦਾ ਮੁੱਦਾ ਜਿਹੜਾ ਅਸੀਂ ਲੋਕਾਂ ਦੇ ਨਾਲ ਪ੍ਰੋਮਿਸ ਕੀਤਾ ਉਹਨੂੰ ਹੱਲ ਕਰਾਂਗੇ ਉੱਤੇ ਸਖ਼ਤ ਕਾਰਵਾਈ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਜਿਨ੍ਹਾਂ ਲੋਕਾਂ ਦੇ ਬੇਅਦਬੀ ਕੀਤੀ ਹੈ ਉਹਨਾਂ ਦੇ ਖਿਲਾਫ਼ ਕਾਰਵਾਈ ਹੋਵੇ ਜਿਹੜਾ ਰੰਗਲਾ ਪੰਜਾਬ ਉਹ ਪਿੰਡਾਂ ਦੇ ਵਿੱਚ ਵੱਸਦਾ ਇਸ ਕਰਕੇ ਪੰਜਾਬ ਦੇ ਪਿੰਡਾਂ ਨੂੰ ਡਿਵੈਲਪ ਕਰਨਾ ਪੰਜਾਬ ਦੇ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨਾ ਸਾਡੀ ਪਹਿਲੀ ਡਿਊਟੀ ਹੈ ਔਰ ਅਸੀਂ ਪੰਜਾਬ ਦੇ ਪਿੰਡਾਂ ਦੀ ਨਿਹਾਲ ਬਦਲ ਦਾਂਗੇ ਤੁਸੀਂ 6 ਮਹੀਨੇ ਸਾਲ ਬਾਅਦ ਦੇਖਿਓ ਕਿ ਪਿੰਡਾਂ ਦੀ ਹਾਲਤ ਜਿਹੜੀ ਹੈ ਕਿੱਡੇ ਵਧੀਆ ਢੰਗ ਦੇ ਨਾਲ ਕਿੱਦਾਂ ਸੁਧਰ ਜਾਊਗੀ ਬਿਲਕੁਲ ਜੀ ਹੋ ਗਿਆ ਹੋਰ ਕਿਹੜਾ ਬਦਲਾਅ ਕਰਨਾ ਸਾਰਾ ਪੰਜਾਬ ਦੇ ਇੱਕ ਪਾਸੇ ਹੋ ਗਿਆ।